ਭਾਰਤ ਪਹਾੜਾਂ ਰੇਗਿਸਤਾਨਾਂ ਬੀਚਾਂ ਮੈਦਾਨਾਂ ਅਤੇ ਹੋਰ ਬਹੁਤ ਸਾਰੇ ਸ਼ਾਨਦਾਰ ਲੈਂਡਸਕੇਪਾਂ ਦਾ ਘਰ ਹੈ ਜੋ ਇਸ ਨੂੰ ਵਿਭਿੰਨਤਾ ਵਿੱਚ ਏਕਤਾ ਦੀ ਧਰਤੀ ਬਣਾਉਂਦਾ ਹੈ। ਕੁਦਰਤ ਨੇ ਸਾਨੂੰ ਇਹ ਆਨੰਦ ਪ੍ਰਦਾਨ ਕੀਤਾ ਹੈ ਜਿਸ ਤੋਂ ਅਸੀਂ ਸਬਕ ਲੈ ਸਕਦੇ ਹਾਂ ਅਤੇ ਜੋ ਸਾਡੇ ਰੋਜ਼ਾਨਾ ਜੀਵਨ ਨੂੰ ਪ੍ਰੇਰਿਤ ਕਰ ਸਕਦਾ ਹੈ। 26 ਸਤੰਬਰ 2021 ਨੂੰ ਪ੍ਰਸਾਰਿਤ ਮਨ ਕੀ ਬਾਤ ਵਿੱਚ ਪ੍ਰਧਾਨ ਮੰਤਰੀ ਨੇ ਦਰਿਆਵਾਂ ਅਤੇ ਸਾਡੇ ਜੀਵਨ ਦੇ ਵਹਾਅ ਨੂੰ ਪ੍ਰਤੀਬਿੰਬਿਤ ਕੀਤਾ ਹੈ। नदियां अपना जल खुद नहीं पीती बल्कि परोपकार के लिए देती है। हमारे लिए नदियां एक भौतिक वस्तु नहीं है, हमारे लिए नदी एक जीवंत इकाई है और तभी तो हम नदियों को माँ कहते हैं। हमारे कितने ही पर्व हो, त्योहार हो, उत्सव हो, उमंग हो, ये सभी हमारी इन माताओं की गोद में ही तो होते हैं।